ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੱਲ੍ਹ ਵੀ ਆਪਾਂ ਇਹ ਕਰੋਨਾ ਵਾਇਰਸ ਦਾ ਜੋ ਕਿ ਕਹਿਰ ਆ ਪੂਰੀ ਦੁਨੀਆ ਦੇ ਵਿੱਚ ਫੈਲ ਰਿਹਾ, ਇਸ ਮੁੱਦੇ 'ਤੇ ਆਪਾਂ ਗੱਲ ਕੀਤੀ ਸੀ। ਸਭ ਨੂੰ ਪਤਾ ਕੋਈ ਅਣਜਾਣ ਨਹੀਂ ਇਸ ਭੈੜੀ ਬਿਮਾਰੀ ਤੋਂ, ਪਰ ਫਿਰ ਵੀ ਆਪਾਂ ਪ੍ਰਸ਼ਾਸਨ ਦੀ ਗੱਲ ਨਹੀਂ ਮੰਨ ਰਹੇ, ਬਿਨਾਂ ਮਤਲਬ ਤੋਂ ਆਪਾਂ ਘੁੰਮ ਫਿਰ ਰਹੇ ਹਾਂਗੇ। 21 ਦਿਨਾਂ ਲਈ ਗਵਰਨਮੈਂਟ ਨੇ ਸਾਡੀ ਨੇ ਤਾਂ ਹੀ ਪੂਰਾ ਸਾਡਾ ਦੇਸ਼ ਲੋਕਡਾਊਨ ਕੀਤਾ, ਕਿਉਂਕਿ ਅਸੀਂ ਪੜ੍ਹੇ ਲਿਖੇ ਹੋ ਕੇ ਅਨਪੜ੍ਹਾਂ ਦੀਆਂ ਗੱਲਾਂ ਕਰ ਰਹੇ, ਬਿਨਾਂ ਮਤਲਬ ਤੋਂ ਸੜਕਾਂ 'ਤੇ ਘੁੰਮ ਫਿਰ ਰਹੇ ਹਾਂ। ਬੇਨਤੀ ਹੈ ਸਾਰਿਆਂ ਨੂੰ, ਪਲੀਜ਼ ਆਪਣੇ ਘਰ ਰਹੋ, ਆਪਣੇ ਮੁਲਕ ਨੂੰ, ਆਪਣੇ ਬੱਚਿਆਂ ਨੂੰ, ਪਰਿਵਾਰ ਨੂੰ ਬਚਾਉਣ ਲਈ ਜੇ ਤੁਸੀਂ ਘਰ ਰਹੋਗੇ ਫਿਰ ਹੀ ਆਪਾਂ ਇਸ ਬਿਮਾਰੀ ਤੋਂ ਬਚ ਸਕਾਂਗੇ। ਤੁਹਾਨੂੰ ਵੀ ਪਤਾ ਹੈ ਕਿ ਜੇ ਬਿਮਾਰੀ ਆਪਣੇ ਮੁਲਕ ਦੇ ਵਿੱਚ ਆ ਗਈ ਫਿਰ ਸਾਡੇ ਕੋਲੋਂ ਇਸ ਬਿਮਾਰੀ ਦਾ ਹੱਲ ਨਹੀਂ ਲੱਭਣਾ। ਪਲੀਜ਼ ਬੀ ਸੇਫ, ਆਪਣੇ ਘਰ ਰਹੋ, ਘਰ ਤੋਂ ਬਾਹਰ ਨਾ ਜਾਓ। ਸਰਕਾਰ ਤੁਹਾਨੂੰ ਕੁਛ ਟਾਈਮ ਦਾ ਟਾਈਮ ਦਿੰਦੀ ਹੈ ਤੁਸੀਂ ਆਪਣੀ ਕੋਈ ਜ਼ਰੂਰੀ ਵਸਤਾਂ ਲੈ ਕੇ ਆਉਣੀਆਂ ਤਾਂ, ਪਰ ਫਿਰ ਵੀ ਆਪਣੇ ਪੜ੍ਹੇ ਲਿਖੇ ਲੋਕ ਨੇ ਜਿਹੜੇ ਉਹ ਅਨਪੜ੍ਹ ਨਹੀਂ ਇੱਦਾਂ ਗੱਲਾਂ ਕਰਦੇ ਨੇ ਜਿੱਦਾਂ ਕੋਈ ਘੁੰਮਣ ਜਾਣਾ ਹੁੰਦਾ ਆਪਣੀ ਘਰਵਾਲੀ ਨੂੰ ਲੈ ਕੇ ਸਕੂਟੀ ਦੇ ਉੱਤੇ, ਦੋ ਦੋ ਜਾਣੇ ਗੱਡੀਆਂ ਭਰ ਭਰ ਜਾ ਰਹੇ ਨੇ। ਪਲੀਜ਼ ਇਕੱਲੇ ਇਕੱਲੇ ਜਾਣੇ ਜਾ ਕੇ ਆਪਣੀ ਜ਼ਰੂਰੀ ਵਸਤ ਲਿਆਓ। ਪਲੀਜ਼ ਆਪਣੇ ਘਰ ਰਹੋ, ਆਪਣੇ ਮੁਲਕ ਨੂੰ ਬਚਾਉਣ ਲਈ, ਆਪਣੇ ਪਰਿਵਾਰ ਨੂੰ ਬਚਾਉਣ ਲਈ ਤੁਹਾਨੂੰ ਘਰ ਹੀ ਰਹਿਣਾ ਪੈਣਾ, ਫਿਰ ਹੀ ਆਪਾਂ ਇਸ ਬਿਮਾਰੀ ਤੋਂ ਠੱਲ ਪਾ ਸਕਾਂਗੇ। ਸਤਿ ਸ਼੍ਰੀ ਅਕਾਲ।